ਦੂ ਚਾਰ ਮੇਰੀ ਹਾਲ ਮਰੇ ਨੇ ਰੂਟੀਵੇਟਰ ਮਰੇ ਨੇ ਇਹ ਵਾਲ ਇੱਕ ਕੜ ਦੇ ਲੱਗਦਾ ਕੋਈ ਤਕਰੀਬਨ 14 15 ਮਾਣ ਇੱਕ ਕੜ ਲੱਗਦਾ ਬੀਜ 7 ਮਹੀਨੇ ਤਿਆਰ થઈ ਵੰਦੀ ਏ ਵਾਲੂ 8 ਮਹੀਨੇ ਜੀ ਪਟੀਂਦੀ ਪਈ ਨਾ ਮੈਂ ਜੀ ਪਟੀਂਦੀ ਏ ਵਦੀ ਪਟਾਈ ਦੀ ਬੜੀ ਔਖੀ ਏ ਇਹ ਇੱਕ ਬੰਦਾ ਪਹਿਲੂ ਕਈ ਨਾਲ ਪਟੈਂਦਾ ਤੇ ਵਾਲ ਪਿਛੋ ਔਰਤਾਂ ਹਰ ਵੀ ਕੋ ਬਣਾਈ ਨਹੀਂ ਸਫਾ ਕਰੇ ਨੇ ਵਾਲ ਬੋਰੀ ਪੈਨੇ ਵਾਲ ਮੰਡੀ ਕਰ ਮੈਨੇ ਆਲੂ ਤਾਂ ਤਕਰੀਬਨ ਇੱਕ ਬੰਦਾ ਪੰਜਾਬ ਵੀ ਗਾ ਪਾਲ ਗਿੰਦਾ ਹਰ ਵੀ ਦਾ ਵੀ ਕੇ ਮਸੇ ਪਲਦੀ ਏ ਆਮਦਨੀ ਮਾਸ਼ਾਅੱਲਾ ਪਿਛਲੇ ਸਾਲ ਦਾ ਡਾੜੀ ਲੱਗੀ ਏ ਲੱਖ ਰੁਪਏ ਕਿਲਾ ਕਾਹਨ ਬਚਾਇਆ ਕਾਹਨ 2 ਲੱਖ ਰੁਪਏ ਕਿਲਾ ਦਾ ਬਚਾਇਆ बसमिल रहीम वालेकुम नाजरीन ए डब्ल्यू सी एगरी के नाल मैं थोड़ा मेज़बान ताहिर नदीम तो मेरे नाल हैं खुदाब्श अर साहब ये सारे काश्तकार बिरावों को फसलों की काश्त के हवाले के नाल सर्विस देते हैं तो अज इतें अरबी की काश्त करेंगे पेन असं उन्होंने नाल गाल करेंसूँ कि अरवी की काश्त वास्त फ फी एकड़ कितना बीज चाहिए हों अगर इंटी वरायटी है तो कड़ी है कितने अरसे की फसल है और सारे काश्तकार बिराह ज अरबी की काश्त कितनी दिलचस्पी रखते हैं ਤਿਆਉ ਉਹਨਾਂ ਦੇ ਨਾਲ ਗੱਲ ਕਰ ਰਹੇ ਨੇ ਅਸਲਾਮੁਅਲੈਕੁਮ ਸਈ ਖੁਦਾਵਸ਼ ਸਰ ਵਾਲੇਕੁਮ ਸਲਾਮ ਸਈ ਤੁਸਾ ਕੋ ਇਹ ਦੱਸੋ ਕਿ ਤੁਸਾ ਅਰਬੀ ਦੀ ਕਾਸ਼ ਕਰ ਰਹੇ ਨੇ ਪਇਓ ਤੇ ਇਹ ਇੰਦੀ ਜ਼ਮੀਨ ਦੀ ਜਿਹੜੀ ਤਿਆਰੀ ਕਰ ਰਹੇ ਨੇ ਉਹਦੇ ਵਾਸਤੇ ਕਿਆ ਕਿਤਨੇ ਕ ਹੱਲ ਚੱਲਦੇ ਨੇ ਜਾਂ ਕਿਤਨਾ ਹੁੰਦਾ ਜ਼ਮੀਨ ਦੀ ਤਿਆਰੀ ਦਾ ਖਿਆਲ ਰੱਖਣਾ ਪੈਂਦਾ 2 4 ਫੈਰੀ ਹਾਲ ਮਰੇ ਨੇ ਰੂਟੋਵੇਟਰ ਮਰੇ ਨੇ ਅੱਛਾ ਵਾਲਤੀ ਆ ਰਹੀ ਥੀਂਦੀ ਜੇ ਵਾਲਾ ਰਪੀਲਾ ਨੇ ਤੇ ਇਹ ਜੇ ਤੁਸਾ ਕਾਸ਼ ਸ਼ੁਰੂ ਕੀਤੀ ਹਿੰਦੀ ਪਹਿਲੇ ਇੰਦੀ ਕਾਸ਼ ਦੇ ਕਿਵੇਂ ਹਿਸਾਬ ਕਿਤਾਬੇ ਕਿਵੇਂ ਕੋ ਕਾਸ਼ ਕਰਨਾ ਸ਼ੁਰੂ ਕੀਤਾ ਜਦ ਮੀਨ ਫੌਲ ਤਿਆਰ ਕਰਕੇ ਵਲੜਨਾ ਹੋ ਰਿਜਨਲ ਫਿਰ ਥੋੜਾ ਥੋੜਾ ਲੀਕਲਾ ਹੈ ਵਲ ਬੇਰੀ ਨੇ ਪਿੱਛੂ ਬਿਜਾਈ ਕੀਤੀ ਹੈ ਵਲ ਮੈਂ ਦੁਬਾਰਾ ਉੱਤੇ ਮਿੱਟੀ ਲਾ ਦਿੱਤੀ ਵਲ ਫਾਈਨਲ ਸੇ ਗਈ ਹੈ ਯਾਨੀ ਕਿ ਇੱਕ ਦਫਾ ਇਨੀਆਂ ਖੇਲੀਆਂ ਤੇ ਆਰਥੀਨੀਆਂ ਛੋਟੇ ਛੋਟਿਆਂ ਵਲ ਹੁੰਦੇ ਜੇ ਬੀਜ ਲੱਗਦਾ ਹੈ ਵਲ ਰਿਜਰ ਦੇ ਨਾਲ ਤੁਸੀਂ ਖੇਲੀਆਂ ਬਣਾਉਣੇ ਦੁਬਾਰਾ ਫਾਈਨਲ ਕਰ ਦੇਣੇ ਇਹ ਵਲ 1 ਏਕੜ ਦੇ ਵਿੱਚ ਲੱਗਦਾ ਕੋਈ ਤਕਰੀਬਨ 15 14 15 ਮਾਣੇ ਏਕੜੇ ਲੱਗਦਾ ਬੀਜ ਅੱਛਾ ਜਿਹੜਾ ਪਿਛਲਾ ਸਾਲ ਗਿਆ ਹੈ ਉਹਦੇ ਵਿੱਚ ਅਰਬੀ ਦਾ ਬੜਾ ਰੇਟ ਰਹਿ ਗਿਆ ਨਾ ਕਾਸ਼ਤਕਾਰ ਸਾਡਾ ਬੜਾ ਖੁਸ਼ ਹੈ ਕਿ ਅਰਬੀ ਨੇ ਉਹਨਾਂ ਨੂੰ ਰਜਾ ਦਿੱਤਾ ਤੇ ਉਂਜੀ ਵਜ੍ਹਾ ਨਾਲ ਕੋਈ ਇਹ ਦਫਾ ਕੋ ਅਰਬੀ ਦੀ ਕੋਈ ਜ਼ਿਆਦਾ ਕਾਸ਼ ਵੀ ਥਈ ਹੈ ਇਹ ਤਾਂ ਹਾਲ ਇਤਰਾ ਤਰੀਜੇ ਮਹੀਨੇ ਤੋਂ ਲੱਗਦੀ ਰਹੀ ਸੀ ਨਾ ਹੁਣ ਕਿਆ ਪਤਾ ਬੰਦੇ ਦਿਲਚਸ ਵੀ ਕਰੇ ਨਾ ਕੋ ਨਾ ਪਿਛਲੇ ਸਾਲ ਜਿੰਨਾ ਖੱਟਾ ਹੈ ਇਨਸ਼ਾ ਅੱਲਾ ਉਹ ਤਾਂ ਬਿਲਕੁਲ ਲੈ ਸਨ ਜਿੰਨੀ ਵੀ ਗਿਆ ਕਰ ਪਿਛਲੇ ਸਾਲ ਲਈ ਨੇ ਕੋਲ ਜ਼ਿਆਦਾ ਕੋਸ਼ਿਸ਼ ਕਰੇ ਸਨ ਲਾਵਣ ਦੀ ਦੇਖੋ ਹੁਣ ਵਲਫ ਕਿਤਨੇ ਲੱਗੇ ਤੇ 1 ਏਕੜ ਦੇ ਵਿੱਚ ਕਿਤਨਾ ਕੁ ਬੀਜ ਲੱਗ ਵੰਦੇ ਇਹ ਤਕਰੀਬਨ 14 ਮਹੀਨਾਂ 15 ਮਹੀਨਾਂ ਲੱਗਵੰਦਾ ਕਿਤਨੇ ਅਰਸੇ ਦੀ ਇਹ ਫਸਲ ਹੈ 7 ਮਹੀਨੇ ਤਿਆਰ થઈਵੰਦੀ ਹੈ ਵੱਲੋਂ 8ਵੇਂ ਚ ਪਟਿੰਦੀ ਪਈ ਨਾਮ ਹੈ ਜੀ ਪਟਿੰਦੀ ਹੈ ਵਦੀ ਤੇ ਸ਼ੁਰੂ ਸ਼ੁਰੂ ਕੋਲ 7 ਮਹੀਨੇ ਆਵੰਦੀ ਤਿਆਰ થઈਵੰਦੀ ਹੈ ਅੱਛਾ ਅਸਾਂ ਇਹ ਠਹਿ ਕਿ ਅਰਬੀ ਐਸੀ ਫਸਲ ਹੈ ਕਿ ਇਹਦੇ ਪੱਤੇ ਵੀ ਇਸਤੇਮਾਲ ਥੀਵੰਦੇ ਨੇ ਅਰਬੀ ਵੀ ਜਿਹੜਾ ਦਾ ਫਲ ਹੈ ਅਸਲ ਉਹ ਵੀ ਇਸਤੇਮਾਲ ਥੀਂਦਾ ਵਾਲੀ ਇਹਦੀ ਜਣਾਂ ਦੇ ਵਿੱਚ ਕੋਈ ਆਲੂ ਕਚਾਲੂ ਬਣਦਾ ਉਹ ਵੀ ਇਸਤੇਮਾਲ ਥੀਂਦਾ ਯਾਨੀ ਕਿ ਇਹਦੀ ਕੋਈ ਸ਼ੈ ਐਸੀ ਕੋਈ ਨਹੀਂ ਜਿਹੜੀ ਕਾਰ ਆਮਦ ਨਾ ਹੋਵੇ ਹਾਂ ਇਹਦੇ ਪੱਤੇ ਦਾ ਹਾਲ ਬਣਦੇ ਬਿਹਤਰੀਨ ਤੇ ਅਰਬੀ ਦੇ ਥਾਲਨ ਬਣਦਾ ਹੈ ਬੀਆ ਕਚਾਲੋਂ ਨਿਕਲਦਾ ਹੈ ਉਹ ਸਾਲਨ ਬਣਨ ਕਈ ਬਾਈ ਪਾਸੇ ਗਨਮਨ ਉਥਾਂ ਮਿਚੇ ਨੇ ਤੇ ਇੰਦੀ ਜਿਹੜੀ ਪਟਾਈ ਹੁੰਦੀ ਹੈ ਉਹ ਮਤਲਬ ਐਸਤਾ ਐਸਤਾ ਥਿੰਦੀ ਹੈ ਕਿਵੇਂ ਥਿੰਦੀ ਕਿਉਂਕਿ ਇਹ ਬੜੇ ਅਰਸੇ ਤੱਕ ਚੱਲਦੀ ਰਹਿੰਦੀ ਹੈ ਪਟਾਈ ਇੰਦੀ ਬੜੀ ਔਖੀ ਹੈ ਇੱਕ ਬੰਦਾ ਪਹਿਲੂ ਕਈ ਨਾਲ ਪਟੇਂਦਾ ਹੈ ਦਵਾਰ ਪੇ ਸ਼ੋਰ ਤਾਂ ਅਰਬੀ ਕੋ ਬਣਾ ਨਹੀਂ ਨਿਂ ਸਫਾ ਕਰੇ ਨੇ ਵੱਲ ਬੋਰੀਏ ਪੈਨੇ ਵੱਲ ਮੰਡੀ ਗਨਮਨੇ ਤੇ ਜਿਹੜਾ ਕਚਾਲੂ ਨਿਕਲਦਾ ਉਹ ਕਿਤਨੇ ਤੱਲੇ ਹੁੰਦੇ ਉਹ ਇੱਕ ਬੂਟੇ ਤਲ ਹੈ ਕਚਾਲੂ ਹੁੰਦੇ ਤੇ ਅਰਬੀ ਹੈ ਕਚਾਲੂ ਹੈ ਕਚਾਲੂ ਨਾਲ 2 ਕਿਲੋ ਕਿਲੋ ਇੱਕ ਕਚਾਲੂਣਾ ਲੌਂਦੀ ਹੈ ਜੀਆ ਤੇ ਇੰ ਟਾਈਮ ਜਿਹੜਾ ਸਾਡੇ ਕਾਸ਼ਤਕਾਰਾਂ ਨੂੰ ਇਹ ਅਰਬੀ ਦਾ ਬੀਜ ਮਿਲਦਾ ਪੀਏ ਕਿਸ ਰੇਟ ਤੇ ਮਿਲਦਾ ਪੀਏ ਬੀਜ ਜਿਆਦਾ ਪਿਛਲੇ ਸਾਲ ਕੋ ਬਹੁਤ ਮਹਿੰਗਾ ਮਿਲਦਾ ਪੀਏ 6600 ਰੁਪਏ ਮਾਣਵੇ ਮਿਲਦਾ ਪੀਏ ਇੱਕ ਕੋ ਕੰਪਨੀਆਂ ਨੇ ਜਿਹੜੀਆਂ ਬੀਜ ਦਿੰਦੀਆਂ ਨੇ ਇਹ ਕਾਸ਼ਤਕਾਰ ਆਪਣਾ ਬੀਜ ਬਣਾ ਕੇ ਰੱਖੇ ਨੇ ਇਹ ਕਿਹੜਾ ਤਰੀਕਾ ਕਰੇ ਡੇਰ ਕਾਸ਼ਤਕਾਰ ਆਪਣਾ ਬੀਜ ਰੱਖੇ ਨੇ ਤੇ ਡੇਰ ਬੰਦਾ ਵਾਲ ਮੋਲ ਗਿਣਨ ਬਾਹਰੋਂ ਆਂਦਾ ਬੀਜ ਕਸੂਰ ਚੂ ਤੇ ਕੈਸ਼ ਕੀ ਚੂ ਗੱਦੀਆਂ ਆ ਨਹੀਂ ਥਾਈ ਬਾਈਪਾਸ ਤੇ ਲੈ ਇਹਨਾਂ ਦੇ ਵੇਥੋਂ ਗਹਿਣਾ ਨੇ ਮੋਲਣਾ ਅੱਛਾ ਤੁਸੀਂ ਦੱਸੋ ਕਿ ਤੁਸੀਂ ਇੱਕ ਕਾਸ਼ਕਾਰ ਭਰਾਵਾ ਕੋ ਫਸਲਾਂ ਦੀ ਕਾਸ਼ ਦੇ ਵਿੱਚ ਸਰਵਸੇ ਦੇਂਦੇ ਹੋ ਯਾਨੀ ਕਿ ਤੁਹਾਡੇ ਕੋਲ ਟਰੈਕਟਰ ਹੈ ਰਿਜਰ ਹੈ ਜਾਂ ਬੈਜ਼ਰੀ ਹਲਾਤ ਹੈ ਤੇ ਅਰਬੀ ਦੀ ਕਾਸ਼ ਜਿਹੜੀ ਹੈ ਇਹਦੇ ਵਿੱਚ ਅਗਰ ਤੁਸੀਂ ਇੱਕ ਏਕੜ ਰਕਬੇ ਤੇ ਅਰਬੀ ਲਾ ਕੇ ਦੇਓ ਤੇ ਕਿਤਨੇ ਖਰਚਾ ਤੁਸੀਂ ਕਾਸ਼ਕਾਰ ਭਰਾਵਾ ਕੋ ਗਿੰਦੇ ਹੋ ਇਹ ਆ ਸਾ ਅਰਬੀ ਦਾ 1 ਏਕੜ ਦਾ 8000 ਰੁਪਏ ਗਿੰਨੇ ਇਹ ਬੰਦੇ ਲੈਣਨ ਤੇ ਵੀ ਟਰੈਕਟਰ ਵਾਲਾ ਜਿਹੜਾ ਤਾਂ ਖੇਲਾਂ ਹੀ ਬਣਾਉਂਦਾ ਪਹਿਲ ਛੋਟੇ ਖੇਲਾਂ ਬਣਾਉਂਦੇ ਵਲ ਦੁਬਾਰਾ ਫਾਇਨਲ ਕਰ ਲੈਂਦੇ ਤੇ ਕਿਤਨੇ ਬੰਦੇ ਤੁਸੀਂ ਲੈਂਦੇ ਵੇ ਇਹ ਇੱਕ ਏਕੜ ਦੀ ਅਰਬੀ ਲਾਉਣ ਤੇ ਬੰਦਾ 10 ਬੰਦੇ ਹਨ ਤੇ ਇਹ ਦੱਸੋ ਕਿ ਇਹ ਅਰਬੀ ਦੇ ਵਿੱਚ ਕੋਈ ਖਾਦਾਂ ਦਾ ਇਸਤੇਮਾਲ ਵੀ ਹੈ ਅਗਰ ਹੋਏ ਤਾਂ ਕਿਸ ਟਾਈਮ ਹੁੰਦਾ ਹੈ ਅਰਬੀ ਤਕਰੀਬਨ ਇਹ ਬਾਹਰ ਨਿਕਲਦੀ ਅੱਧਾ ਅੱਧਾ ਫੋਰਥ ਸੀ ਸੀ ਵਾਲ ਖਾਦ ਲੈਸੂ ਕਿਹੜੀ ਖਾਦ ਲੈਂਦੇ ਵੇ ਆਮ ਤੌਰ ਤੇ ਨਾਈਟਰੋ ਯੂਰੀਆ ਬਾਹ ਲੋ ਕੋ ਡੀਪੀ ਵੀ ਲਾ ਦੇਣ ਅੱਛਾ ਤੁਸੀਂ ਸਬਜ਼ੀਆਂ ਦੀ ਕਾਸ਼ ਜਾਂ ਦੀਗਰ ਫਸਲਾਂ ਦੀ ਕਾਸ਼ ਸਾਡੇ ਕਾਸ਼ਕਰ ਬਰਾਵਾਂ ਨੂੰ ਆਪਣੀ ਖਿਦਮਤ ਦਿੰਦੇ ਹੋ ਸਾਡੇ ਕਾਸ਼ਕਰ ਬਰਾਵਾਂ ਵਾਸਤੇ ਤੁਹਾਡਾ ਕੀ ਮਸ਼ਵਰਾ ਹੈ ਖਾਸ ਕਰੇ ਅਰਬੀ ਦੀ ਕਾਸ਼ ਕਾਸਤੇ ਕਿ ਇਹਨੂੰ ਕਾਸ਼ ਕਰਨ ਇਹ ਆਮਦਨ ਦਾ ਕਿਵੇਂ ਅੱਛਾ ਜ਼ਰੀਆ ਹੈ ਜਾਂ ਮਤਲਬ ਕੋਈ ਮੁਸ਼ਕਲ ਕੰਮ ਹੈ ਲਾਉਣਾ ਔਰ ਇਹਦੀ ਬਰਦਾਸ਼ ਕਰਨਾ ਕਿਵੇਂ ਸਾਡੇ ਕਾਸ਼ਕਰਾਂ ਵਾਸਤੇ ਅਗਰ ਅਰਬੀ ਕਾਸ਼ ਕਰਨ ਤੇ ਕਿਵੇਂ ਰਸੀ ਪਿਛਲਾ ਸਾਲ ਤਾਂ ਮਾਸ਼ਾਅੱਲਾ ਚੰਗਾ ਲੱਗਾ ਇਸ ਸਾਲ ਦੇਖੋ ਕਿਆ ਲੱਗਦਾ ਤੇ ਹੈ ਬੜਾ ਔਖਾ ਕੰਮ ਹੈ ਬੀ ਪਾਲਣਾ ਆਲੂ ਤਾਕ तकरीबन 1 ਬੰਦਾ ਪੰਜਾਬੀ ਕਪਾਲ ਕੇ اندر ਅਰਬੀ ਦਾ ਵੀ ਕੇ ਮਸਪਲਦੀ ਹੈ 1 ਬੰਦੇ ਕੋਲ ਇਹਦਾ ਬੜਾ ਮੁਸ਼ਕਲ ਕੰਮ ਇੱਕ ਸੁੰਡੀ ਲੱਗਦੀ ਹੈ ਕੋ ਪਾਣੀ ਚੌਥੇ ਜੜੇ ਲਾਵਣਾ ਪਉਂਦੇ ਹੈ ਜਦੋਂ ਇੱਕ ਪਾਣੀ ਚੁਕਾ ਦੋ ਤਾਂ ਇਹ ਖਤਮ تھی ਵੰਦੀ ਹੈ ਵਾਲ ਨਹੀਂ ਥੀਂਦੀ ਜਿੰਨਾ ਮਰਦੇ ਦੋ ਅੱਲਾਹ ਇੱਕ ਪਾਣੀ ਵੀ ਚੋ ਗਿਆ ਪਾਣੀ ਆਪਣਾ ਮਾਲਕ ਹੁਸ਼ਿਆਰ ਹੋਵੇ ਪਾਣੀ ਮੌਕਤ ਲੱਗਦਾ ਰਹੇ ਸੁੰਡੀ ਦੀ ਕੰਟਰੋਲ ਕੇ ਹੋਵੇ ਵਾਲੇ ਇਨਸ਼ਾ ਅੱਲਾਹ ਰਬੀ ਦਾੜੀ ਥੀਂਦੀ ਹੈ ਆਮ ਤੌਰ ਤੇ 1 ਏਕੜ ਰਕਬੇ ਤੇ ਅਗਰ ਅਰਵੀ ਲੱਗੀ ਹੋਵੇ ਤੇ ਕਾਸ਼ ਕਰਦਾ ਕਿਤਰਾ ਖਰਚਾ ਆਵੰਦਾ ਉਹਦੀ ਤਿਆਰੀ ਤੱਕ

कि अरबी की जड़ी काश्त है और अरबी की जी फसल है पिछले साल साश्तकारों वास्त बहुही कार आमद रही और उन्होंने आख्या कि तकरीबन एक लख तक उन्होंने को काश्तकारों को आमदनी थी ये बहु ही अच्छी फसल है लेकिन ये ज़रूर है कि इन त मेहनत बड़ी करनी पौधी है अब तक इतना ही ऐसा सैगमेंट तक अपने मेज़बान ताहिर नदीम को दिसो इजाज़त अल्लाह ने